ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਅਤੇ ਗੁਰਦਾਸਪੁਰ ਸਣੇ ਕਈ ਹਲਕਿਆਂ ਵਿੱਚ ਰੈਲੀਆਂ ਕਰਨਗੇ। ਇਹ ਕਹਿਣਾ ਹੈ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ। ਇਸ ਦੌਰਾਨ ਉਹਨਾਂ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਵੀ ਆਪਣੀ ਗੱਲ ਰੱਖੀ, ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਅਤੇ ਕਈ ਸਿਆਸੀ ਪਾਰਟੀਆਂ ਇਸ ਦਾ ਲਾਹਾ ਲੈ ਰਹੀਆਂ ਨੇ। ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਦੌਰੇ ਦਾ ਇਨਫੋਰਮੇਸ਼ਨ ਆਈ ਹੈ, 23 ਤਰੀਕ ਨੂੰ ਪਟਿਆਲੇ ਰੈਲੀ ਕਰਨਗੇ, 24 ਤਰੀਕ ਨੂੰ ਮਾਨਯੋਗ ਪ੍ਰਧਾਨ ਮੰਤਰੀ ਗੁਰਦਾਸਪੁਰ ਪਹਿਲਾਂ ਅਤੇ ਉਹਦੇ ਬਾਅਦ ਜਲੰਧਰ ਦੀ ਰੈਲੀ ਦਾ ਪ੍ਰੋਗਰਾਮ ਉਹਨਾਂ ਦਾ ਹੈਗਾ। ਟਾਈਮਿੰਗਸ ਐਗਜੈਕਟ ਕਿੱਥੇ ਜਿਹੜਾ ਦੱਸ ਰਿਹਾ, ਪਟਿਆਲਾ ਲੋਕ ਸਭਾ ਕੌਂਸਟੀਚੁਐਂਸੀ ਦੀ ਗੱਲ ਕਰ ਰਿਹਾ, ਗੁਰਦਾਸਪੁਰ ਲੋਕ ਸਭਾ ਕੌਂਸਟੀਚੁਐਂਸੀ, ਜਲੰਧਰ ਲੋਕ ਸਭਾ, ਕਿੱਥੇ ਪਰਟੀਕੁਲਰ ਰੈਲੀ ਹੋਊਗੀ ਉਹ ਅੱਜ ਡਿਸਾਈਡ ਕਰਕੇ ਉਹ ਵੀ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਜਾਊਗਾ। ਮੈਂ ਸਮਝਦਾ ਕਿਸਾਨਾਂ ਦੇ ਮੁੱਦੇ ਵੀ ਮੈਂ ਦੱਸ ਰਿਹਾ, ਕਿਸਾਨ ਜਿਹੜੇ ਹੈ ਕਿਸਾਨ ਗਰੰਟੀ ਮੰਗ ਰਹੇ, ਗਰੰਟੀ ਦਾਣਾ ਦਾਣਾ MSP 'ਤੇ ਚੱਕਿਆ ਜਾ ਰਿਹਾ ਸਭ। ਆਮਦਨ ਡਬਲ ਕਰਨ ਦੀ ਗੱਲ ਸੀਗੀ, ਜਿਹੜਾ ਇਨਕਾ ਪਰਚੇਜ਼ ਹੋਈ ਹੈ ਟੋਟਲ, ਮੈਂ ਦੱਸਿਆ ਵੀ 10 ਸਾਲ ਪਹਿਲਾਂ 32,000 ਕਰੋੜ ਦੀ ਸੀਗੀ, ਹੁਣ 70,000 ਕਰੋੜ ਤੋਂ ਅੱਗੇ ਨਿਕਲ ਚੁੱਕੀ ਹੈ। ਉਹ ਸਾਰੀਆਂ ਡਿਮਾਂਡਸ ਹੋ ਗਈਆਂ, ਪਰ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਆਹ ਜਿਹੜੇ ਫੈਸਲੇ ਹੋਣੇ ਹੈ, ਕਿਉਂਕਿ ਉਹਨਾਂ ਨੇ ਹੁਣ ਆਪਣਾ ਏਜੰਡਾ ਹੋਰ ਬਰੋਡ ਕਰਤਾ, ਉਹ ਕਿਤੇ WTO ਦੀ ਗੱਲ ਕਰ ਰਹੇ ਹੈ, ਕਿਤੇ ਮਿਨੀਮਮ ਵੇਜ ਦੀ ਦਿਹਾੜੀ ਦੀ ਗੱਲ ਕਰੀ ਜਾਂਦੇ ਹੈ। ਦਿਹਾੜੀ ਵਾਲੀ ਗੱਲ ਤਾਂ ਪਤਾ ਨਹੀਂ ਕਿਹੜੇ ਕਿਸ ਲੋਕਾਂ ਨੇ ਉਹਨਾਂ ਨੂੰ ਰਾਹ ਪਾਤਾ, ਉਹ ਤਾਂ ਸਟੇਟ ਸਬਜੈਕਟ ਹੈ, ਇੱਥੇ ਕਰਨੀ ਚਾਹੀਦੀ ਸੀ, ਪਰ ਉਹ ਇੱਕ ਨੈਰੇਟਿਵ ਕੋ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਉਸ ਤੋਂ ਲੋਕਾਂ ਨੂੰ, ਕਿਸਾਨਾਂ ਨੂੰ ਗੁੰਮਰਾਹ ਨਾ ਕਰਨ, ਮੁੱਦਿਆਂ 'ਤੇ ਗੱਲ ਕਰਨ। ਪ੍ਰਧਾਨ ਮੰਤਰੀ ਤਾਂ ਪੂਰੀ ਤਰ੍ਹਾਂ ਸੁਹਿਰਦ ਹੈ, 3 ਸਾਡੇ ਮੰਤਰੀ ਵੀ ਇੱਥੇ ਆ ਕੇ ਗੱਲ ਕਰਕੇ ਗਏ ਹੈ। ਸੋ BJP ਕਿਸਾਨਾਂ ਦੇ ਜਾਂ ਹਰ ਵਰਗ ਦੇ ਮੁੱਦਿਆਂ ਨੂੰ ਸੁਲਝਾਉਣ ਦੇ ਵਾਸਤੇ ਹਰ ਸਮੇਂ ਤਤਪਰ। ਸੋ ਦੇਖੋ, ਵਿਰੋਧ ਕਰਨਾ ਲੋਕਤਾਂਤਰਿਕ ਤਰੀਕੇ 'ਚ ਹਰ ਕਿਸੇ ਦਾ ਅਧਿਕਾਰ ਹੈ, ਕੋਈ ਕਿਸੇ ਨਹੀਂ ਰੋਕਦਾ। ਪਰ ਮੈਂ ਫਿਰ ਦੁਹਰਾਊਂਗਾ, ਜਿਸ ਤਰ੍ਹਾਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਬਰਨਾਲੇ ਤੁਸੀਂ ਦੇਖਿਆ ਵੀ ਮੰਡੀ ਦੇ ਅੰਦਰ ਵਪਾਰੀਆਂ ਅਤੇ ਕਿਸਾਨਾਂ ਦੇ ਵਿੱਚ ਜਿਹੜਾ ਮਸਲਾ ਪੰਜਾਬ ਸਰਕਾਰ ਨਿਪਟਾਉਣਾ ਚਾਹੀਦਾ ਸੀਗਾ, ਜਿਹਨਾਂ ਨੂੰ ਅਗਰ ਕਿਸੇ ਇਮੀਗ੍ਰੇਸ਼ਨ ਏਜੰਟ ਦਾ ਲਫੜਾ ਹੈ ਤਾਂ ਉਹ ਨਿਪਟਾਉਣ ਦੀ ਜ਼ਿੰਮੇਵਾਰੀ ਭਗਵੰਤ ਮਾਨ ਜੀ ਦੀ ਸਰਕਾਰ ਦੀ ਹੈ, ਨਲਾਇਕੀ ਵੀ ਉਹਨਾਂ ਦੀ ਹੈ, ਜ਼ਿੰਮੇਵਾਰੀ ਵੀ ਉਹਨਾਂ ਦੀ ਹੈ। ਆਹ ਪ੍ਰਦਰਸ਼ਨ ਉੱਥੇ ਹੋਣਾ ਚਾਹੀਦਾ ਸੀ, ਨਾ ਕਿ ਵਪਾਰੀਆਂ 'ਚ ਜਾ ਕੇ ਉਹਨਾਂ ਦੇ ਵਪਾਰ ਪਹਿਲਾਂ ਵੀ ਨੁਕਸਾਨ ਪਹੁੰਚਿਆ ਖੜਾ। ਪਹਿਲਾਂ ਵੀ ਰੇਲਵੇ ਟਰੈਕਸ ਬੰਦ ਹੋਣ ਕਾਰਨ ਕਰੀਬਨ 69 ਟ੍ਰੇਨ ਜਿਹੜੀਆਂ ਰੋਜ਼ ਡਾਈਵਰਟ ਜਾਂ ਦੇਰ ਨਾਲ ਚੱਲ ਰਹੀਆਂ, ਇਹਦੇ ਕਰਕੇ ਅੱਜ ਨਾ ਤਾਂ ਕੰਟੇਨਰ ਮਿਲ ਰਿਹਾ ਐਕਸਪੋਰਟ ਕਰਨ ਵਾਲਿਆਂ ਨੂੰ, ਜਲੰਧਰ ਦਾ ਮਾੜਾ ਹਾਲ ਹੈ, ਲੁਧਿਆਣੇ ਦੀ ਇੰਡਸਟਰੀ ਦਾ ਮਾੜਾ ਹਾਲ ਹੈ, ਹਰੇਕ ਵਪਾਰੀ ਪਰੇਸ਼ਾਨ ਹੈ, ਗਰੀਬ ਲੋਕ ਜਿਹੜਾ ਰੇਲਵੇ ਇਸਤੇਮਾਲ ਕਰਦਾ ਟਰਾਂਸਪੋਰਟ ਵਾਸਤੇ ਆਪਣੇ ਆਵਾਜਾਈ ਵਾਸਤੇ, ਉਹ ਪਰੇਸ਼ਾਨ ਹੈ। ਮੈਂ ਫਿਰ ਵਾਰ ਵਾਰ ਬੇਨਤੀ ਕਰ ਰਿਹਾ, ਅਗਰ ਕਿਸਾਨ ਜਥੇਬੰਦੀਆਂ ਦੀ ਕੋਈ ਰਾਜ ਜੋ ਉਹਨਾਂ ਦੀ ਅਗਰ ਵਿਰੋਧ ਹੈਗਾ BJP ਨਾਲ, ਤਾਂ BJP ਦਾ ਵਿਰੋਧ ਕਰਨ, ਕਿਸਾਨਾਂ ਨੂੰ ਬਦਨਾਮ ਨਾ ਕਰਨ, ਆਮ ਪੰਜਾਬ ਦੇ ਲੋਕਾਂ ਨੂੰ ਤੰਗ ਕਰਨਗੇ ਤਾਂ ਇਵੈਂਚੁਅਲੀ ਨਾ ਤਾਂ ਕਿਸੇ ਨੇ ਰਾਜੇਵਾਲ ਸਾਹਿਬ ਨੂੰ ਕੁਛ ਕਹਿਣਾ, ਨਾ ਹੀ ਕਿਸੇ ਨੇ ਪੰਧੇਰ ਜੀ ਨੂੰ ਜਾਂ ਡੱਲੇਵਾਲ ਸਾਹਿਬ ਨੂੰ ਕਹਿਣਾ, ਬਦਨਾਮ ਹੋਣਗੇ ਕਿਸਾਨ ਹੋਣਗੇ ਅਤੇ ਦੋ ਫਾੜ ਜਿਹੜੇ ਹੋਣਗੇ। ਦੇਖੋ, ਉਲਟਾ ਚੋਰ ਕੋਤਵਾਲ ਕੋ ਡਾਂਟੇ, ਇਲਜ਼ਾਮ ਲੱਗ ਰਹੇ ਹੈ, ਕਹਿੰਦੇ BJP ਦੋ ਫਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਲਜ਼ਾਮ ਕੌਣ ਲਾ ਰਿਹਾ ਹੈ? ਕਿਸਾਨ ਜਥੇਬੰਦੀਆਂ ਲਾ ਰਹੀ ਹੈ, ਆਮ ਆਦਮੀ ਪਾਰਟੀ ਲਾ ਰਹੀ ਹੈ, ਆਮ ਆਦਮੀ ਪਾਰਟੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਕੋਲ। ਆਹ ਤੁਸੀਂ ਧੱਕੇ ਨਾਲ ਉੱਥੇ ਜਾ ਕੇ ਵਪਾਰੀਆਂ ਨਾਲ ਜਿਸ ਕਿਸਮ ਦਾ ਵਿਵਹਾਰ ਕਰ ਰਹੇ ਹੋ ਸਭ, ਮੈਂ ਉਹਨਾਂ ਤੋਂ ਬੇਨਤੀ ਕਰੂੰਗਾ ਤੁਸੀਂ ਸਾਡਾ ਵਿਰੋਧ ਕਰ ਲਓ,
ਪਰ ਇਸ ਤਰ੍ਹਾਂ ਕਿਸਾਨਾਂ ਦੇ ਵਪਾਰੀਆਂ ਦੇ ਵਿਚਾਲੇ ਆਹ ਦੋ ਫਾੜ ਕਰਨ ਤੋਂ ਗੁਰੇਜ਼ ਕਰੋ। ਕੋਈ ਮਾੜੀ ਨਹੀਂ ਹੈ ਰਾਜਨੀਤੀ, ਬਾਰ ਬਾਰ ਕਹਿ ਅੱਜ ਕਹਿ ਰਹੇ ਹੈ, ਬਾਰ ਬਾਰ ਸੁਨੀਲ 'ਤੇ ਗੁੱਸਾ ਕੱਢੀ ਜਾਂਦੇ, ਕੱਢ ਲੈਣ, ਪਰ ਉਹ ਸਿਰਫ ਆਪਣੇ ਨਾਮ ਦੇ ਅਗਰ ਗੈਰ ਕੀ ਕਹਿੰਦੇ ਆ ਨੋਨ ਪੋਲੀਟੀਕਲ ਕਹਿਣ ਨਾਲ ਨੋਨ ਪੋਲੀਟੀਕਲ ਨਹੀਂ ਹੋ ਸਕਦੇ ਸਾਹਿਬ। ਆਹ ਨਹੀਂ ਵੀ ਮੇਰਾ ਜਿੱਦਣ ਮਨ ਕੀਤਾ ਮੈਂ ਇਲੈਕਸ਼ਨ ਲੜ ਲਿਆ, ਜਿੱਦਣ ਮੈਂ ਉਸ ਦਿਨ ਮੈਂ ਪੋਲੀਟੀਕਲ ਹਾਂ, ਹੁਣ ਮੈਂ ਨਹੀਂ ਲੜਦਾ, ਮੈਂ ਤਾਂ ਆਪ ਨੋਨ ਪੋਲੀਟੀਕਲ ਹਾਂ ਸਾਹਿਬ, ਮੈਂ ਤਾਂ ਆਪ ਇਲੈਕਸ਼ਨ ਨਹੀਂ ਲੜਦਾ, ਐਮ ਐਜ਼ ਐਨ ਨੋਨ ਪੋਲੀਟੀਕਲ ਐਜ਼ ਰਾਜੇਵਾਲ ਸਾਹਿਬ, ਮੈਂ ਤਾਂ ਕਹੀ ਬੈਠਾ ਵੀ ਮੇਰੇ ਨਾਲ ਤਾਂ ਤੁਸੀਂ, ਮੈਂ ਵੀ ਤੁਹਾਡੇ ਵਰਗਾ ਹਾਂ। ਆਹ ਕੋਈ ਭਾਵ ਰਾਜਨੀਤੀ ਕਰੋ ਸਾਹਿਬ, ਤੁਹਾਡੇ ਅੰਦਰ ਕਲੀਅਰ ਹੋਣੇ ਚਾਹੀਦੇ ਹੋ ਤੁਸੀਂ। ਆਹ ਨਹੀਂ ਤੁਸੀਂ ਆਹ ਦੋ ਫਾੜ ਕਰਨੀ ਬੰਦ ਕਰੋ ਸਾਹਿਬ। ਅੱਜ ਉਹਨਾਂ ਦੀ ਆਮ ਆਦਮੀ ਪਾਰਟੀ ਆਈ ਥਿੰਕ ਕੈਟ ਇਜ਼ ਆਊਟ ਆਫ ਦਾ ਬੈਗ, ਤਾਂ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਸਾਹਿਬ। ਅਸੀਂ ਆਹੀ ਕਹਿ ਰਹੇ ਹਾਂ ਵੀ ਭਗਵੰਤ ਮਾਨ ਜੀ ਕੱਲ੍ਹ ਇਹਨਾਂ 'ਤੇ ਇਲਜ਼ਾਮ ਲਗਾ ਰਹੇ ਸੀ ਵੀ ਇਹ ਤਾਂ ਪੈਸੇ ਲੈ ਕੇ ਕਰਦੇ, ਅਤੇ ਕਿਸੇ ਨੇ ਬੋਲਿਆ ਨਹੀਂ। ਸੁਨੀਲ ਜਾਖੜ ਨੇ ਪਤਾ ਨਹੀਂ ਕੀ ਕਿਹਾ, ਕੋਈ ਕਹਿੰਦਾ ਸੱਜਣਾ ਨੇ ਫੁੱਲ ਮਾਰਿਆ ਤਾਂ ਸਾਡੀ ਰੂਹ ਅਮਰਾਂ ਤਾਂ ਹੀ ਰੋਈ। ਮੈਂ ਤਾਂ ਕੁਛ ਵੀ ਨਹੀਂ ਕਿਹਾ, ਮੈਂ ਤਾਂ ਸਿਰਫ ਇੰਨਾ ਹੀ ਕਿਹਾ ਵੀ ਤੁਸੀਂ ਸਾਡਾ ਵਿਰੋਧ ਕਰ ਲਓ। ਭਗਵੰਤ ਮਾਨ ਜੀ ਨੇ ਇੱਟ ਮਾਰੀ ਚਲਾ ਕੇ ਕਹਿੰਦਾ ਇਹ ਤਾਂ ਸਾਰੇ ਪੈਸੇ ਲੈ ਕੇ ਸੜਕਾਂ ਰੋਕੀ ਬੈਠੇ ਆ, ਉਹ ਰੋਕੀ ਬੈਠੇ, ਕਿਸੇ ਨੇ ਵਿਰੋਧ ਕੀਤਾ ਸਾਹਿਬ? ਐਡਾ ਵੈਸੇ ਮੇਰਾ ਲਗਾਵ ਹੈ ਇਸੇ ਕਰਕੇ ਇਹਦਾ, ਸੱਜਣਾ ਨੇ ਫੁੱਲ ਮਾਰਿਆ, ਉਹ ਪਰਾਏ ਹੈ, ਪਰ ਅੱਜ ਕੱਲ੍ਹ ਪਰਾਇਆਂ ਦੇ ਧੱਕੇ ਚੜ ਗਏ। ਦੇਖੋ ਸਰੀਕਿਆਂ ਦੇ ਧੱਕੇ ਚੜ੍ਹੇ, ਉਹ ਤਾਂ ਲੜਾਉਣਗੇ ਆਪਸ 'ਚ। ਮੇਰੀ ਬੇਨਤੀ ਹੈ ਇਸ ਤੋਂ ਗੁਰੇਜ਼ ਕੀਤਾ ਜਾਵੇ ਸਾਹਿਬ।